ਤੁਸੀਂ ਕਈ ਵਾਰ ਦੇਖਿਆ ਹੋਣਾ ਕਿਸੇ ਚੀਜ਼ ਦੀਆਂ ਕਾਪੀਜ਼ ਹੁੰਦੀਆਂ ਨੇ, ਮਤਲਬ ਜਿਵੇਂ ਮਾਲਸ ਦੇ ਵਿੱਚ ਕਾਰਾਂ ਨਹੀਂ ਬਣੀਆਂ ਹੁੰਦੀਆਂ ਜਾਂ ਮੋਟਰਸਾਈਕਲ ਬਣੇ ਹੁੰਦੇ ਨੇ, ਬੱਚੇ ਖੇਡਦੇ ਨੇ, ਪਰ ਜਦੋਂ ਉਹ ਬੱਚੇ ਅਸਲੀ ਕਾਰ ਜਾਂ ਮੋਟਰਸਾਈਕਲ ਚਲਾਉਂਦੇ ਨੇ ਉਹ ਈਜ਼ੀ ਚਲਾਉਂਦੇ ਨੇ, ਮਤਲਬ ਉਹਦੀ ਹੈਲਪ ਹੋ ਜਾਂਦੀ ਆ। ਸਮਝੋ ਮੇਰੀ ਗੱਲ। ਹੁਣ ਤੁਸੀਂ ਇਹ ਦੇਖੋ ਆਹ ਮੇਰੇ ਹੱਥ 'ਚ ਕੀ ਆ, ਇੰਜੈਕਸ਼ਨ। ਪਤਾ ਕੀ ਆ, ਅੱਜ ਇੱਕ ਬੱਚਾ ਮੈਨੂੰ ਸਕੂਲੇ ਮਿਲਿਆ, ਮੈਨੂੰ ਕਹਿੰਦਾ ਦੇਖੋ ਜੀ, ਮੈਂ ਕਿਹਾ ਤੇਰੇ ਕੋਲ ਟੀਕਾ? ਕਹਿੰਦਾ ਨਹੀਂ ਸਰ ਜੀ, ਕਹਿੰਦਾ ਪੈੱਨ ਆ, ਪੈੱਨ। ਆਹ ਦੇਖੋ ਪੈੱਨ ਆ ਇਹ। ਹੁਣ ਗੱਲ ਕੀ ਆ, ਤੁਸੀਂ ਇਹ ਦੇਖੋ ਵੀ ਇਹ ਕਿੱਡੀ ਖਤਰਨਾਕ ਚੀਜ਼ ਆ, ਇਹੋ ਜਿਹੇ ਪੈੱਨ ਆਉਣ ਲੱਗ ਗਏ। ਮਤਲਬ ਕਿ ਵੀ ਬੱਚੇ ਅੱਗੇ, ਇਹ ਜਿਹੜਾ ਟੀਕਾ ਹੈ ਨਾ, ਅੱਗੇ ਡਰ ਲੱਗਦਾ ਹੁੰਦਾ ਸੀ ਵੀ ਟੀਕਾ ਡਾਕਟਰਾਂ ਕੋਲ ਹੁੰਦਾ ਵੀ ਆਮ, ਹੈ ਨਾ, ਵੀ ਕਿਵੇਂ ਟੀਕ ਨੂੰ ਹੱਥ ਲਾ ਲੂਗਾ। ਪਰ ਕਿਤੇ ਨਾ ਕਿਤੇ ਨਸ਼ਾ ਕਰਨ ਦੇ ਵਿੱਚ ਸੌਖਾ ਕਰਨ ਵਾਸਤੇ ਸ਼ਾਇਦ ਆਹ ਚੀਜ਼ ਬਣ ਕੇ ਆਉਣ ਲੱਗ ਗਈ। ਦੇਖੋ ਤੁਸੀਂ ਹਾਲ ਦੇਖੋ ਕੀ ਹੋ ਰਿਹਾ, ਕਿਵੇਂ ਗੇਮਾਂ ਪੈ ਰਹੀਆਂ ਨੇ ਪੰਜਾਬ ਨੂੰ ਤਬਾਹ ਕਰਨ ਦੀਆਂ। ਇਹੋ ਜਿਹੇ ਪੈੱਨ ਬਣ ਗਏ ਵੀ ਪੈੱਨ ਤਾਂ ਬੱਚੇ ਨੇ ਕਰਨਾ ਹੀ ਆ, ਵੀ ਬੱਚੇ ਨੂੰ ਟੀਕੇ ਦੀ ਆਸਾਨੀ ਹੋਵੇ, ਫਿਰ ਕੀ ਹੋਣਾ, ਫਿਰ ਐਂ ਲਾਉਣਾ ਸੌਖਾ ਹੋ ਜਾਊਗਾ। ਤੁਸੀਂ ਦੇਖੋ ਕਿੱਥੇ ਤੱਕ ਚੀਜ਼ਾਂ ਪਹੁੰਚ ਗਈਆਂ ਹੈ। ਰੱਬ ਦਾ ਵਾਸਤਾ, ਸਰਕਾਰ ਨੂੰ ਬੇਨਤੀ ਆ, ਥੋੜ੍ਹਾ ਬਹੁਤਾ ਧਿਆਨ ਦੇਵੋ, ਇਹੋ ਜਿਹੀਆਂ ਚੀਜ਼ਾਂ ਬੈਨ ਕਰੋ। ਪੈੱਨ ਪੈੱਨ ਹੀ ਰਹਿਣ ਦਿਓ, ਠੀਕ ਆ, ਪੈਨਸਲ ਪੈਨਸਲ ਹੀ ਰਹਿਣ ਦਿਓ, ਠੀਕ ਆ। ਇਸ ਕਰਕੇ ਆਹ ਚੀਜ਼ਾਂ 'ਤੇ ਬੈਨ ਲਾਓ, ਨਹੀਂ ਤਾਂ ਨਸ਼ਾ ਇੰਨਾ ਕੁ ਵੱਧ ਜਾਊਗਾ, ਬਹੁਤ ਔਖਾ ਹੋ ਜਾਣਾ ਆ।